ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਮਤਾ ਰਾਣੀ ਹੈ। ਮੈਂ ਸਰਕਾਰੀ ITI ਵੂਮੈਨ ਨਾਭਾ ਵਿਖੇ ਫੈਸ਼ਨ ਟੈਕਨੋਲੋਜੀ ਦੀ ਇੰਸਟ੍ਰਕਟਰ ਹਾਂ। ਅੱਜ ਮੇਰਾ ਟੌਪਿਕ ਹੈ ਡਰਾਫਟਿੰਗ, ਕਟਿੰਗ, ਸਟਿਚਿੰਗ ਅਤੇ ਫਿਨਿਸ਼ਿੰਗ ਆਫ ਜੋਕ ਫਰਾਕ। ਅੱਜ ਮੈਂ 3 ਸਾਲ ਦੇ ਬੱਚੇ ਦੇ ਨਾਪ ਦੀ ਫਰੋਕ ਬਣਾਵਾਂਗੀ। ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਸਭ ਤੋਂ ਪਹਿਲਾਂ ਜੋਕ ਫਰਾਕ ਬਣਾਉਣ ਲਈ ਆਪਾਂ ਜੋਕ ਫਰਾਕ ਦਾ ਇੱਕ ਪੈਟਰਨ ਕੱਟਾਂਗੇ, ਜਿਹਦੇ ਲਈ ਸਾਨੂੰ ਸਕੇਲ, ਇੰਚੀ ਟੇਪ, ਪੈਨਸਲ, ਚੌਕ ਅਤੇ ਕੈਂਚੀ ਅਤੇ ਬਰਾਊਨ ਪੇਪਰ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਅਸੀਂ 14 ਇੰਚ ਲੰਬਾਈ ਅਤੇ 29 ਇੰਚ ਚੌੜਾਈ ਦਾ ਇੱਕ ਬਰਾਊਨ ਪੇਪਰ ਦਾ ਪੀਸ ਲਿੱਤਾ, ਫਿਰ ਉਸਨੂੰ ਅਸੀਂ ਲੰਬਾਈ ਲੋਟ ਫੋਲਡ ਕੀਤਾ, ਫਿਰ ਉਸਨੂੰ ਅਸੀਂ ਚੌੜਾਈ ਲੋਟ 4 ਵਾਰ ਫੋਲਡ ਕੀਤਾ। ਇਸ ਤਰ੍ਹਾਂ ਸਾਡੇ ਕੋਲ 7 ਇੰਚ ਲੰਬਾਈ ਅਤੇ 7.25 ਇੰਚ ਚੌੜਾਈ ਦਾ ਇੱਕ ਪੀਸ ਤਿਆਰ ਹੋ ਗਿਆ। ਜਿਹੜਾ ਸਾਡੇ ਕੋਲ 7x7.25 ਦਾ ਪੀਸ ਸੀਗਾ, ਉਹਦੇ ਵਿੱਚੋਂ ਅਸੀਂ ਯੋਕ ਫਰਾਕ ਦਾ ਸਭ ਤੋਂ ਪਹਿਲਾਂ ਯੋਕ ਕਟਿੰਗ ਕਰਾਂਗੇ। ਯੋਕ ਕਟਿੰਗ ਕਰਨ ਲਈ ਮੈਂ ਤੁਹਾਨੂੰ ਸਾਰੇ ਜ਼ਰੂਰੀ ਦੇ ਨਿਸ਼ਾਨ ਦੱਸ ਰਹੀ ਹੈਗੀ। ਸਭ ਤੋਂ ਪਹਿਲਾਂ ਅਸੀਂ ਗਲੇ ਦੀ ਲੰਬਾਈ ਲੈਤੀ ਹੈ 2 ਇੰਚ, ਗਲੇ ਦੀ ਚੌੜਾਈ ਲੈਤੀ ਹੈਗੀ ਅਸੀਂ 2.5 ਇੰਚ, ਫਿਰ ਅਸੀਂ ਇੱਥੋਂ 1/2 ਇੰਚ ਦੇ ਨਿਸ਼ਾਨ ਲਗਾ ਕੇ ਗਲੇ ਦੀ ਗੁਲਾਈ ਪਾਈ, ਫਿਰ ਅਸੀਂ ਇੱਥੋਂ 4 ਇੰਚ ਚੌੜਾਈ ਵੱਲ 4 ਇੰਚ ਦਾ ਨਿਸ਼ਾਨ ਲਗਾਇਆ ਯੋਕ ਦੀ ਲੰਬਾਈ ਵਾਸਤੇ, ਇੱਧਰੋਂ ਅਸੀਂ ਲੰਬਾਈ ਵਾਸਤੇ ਵੀ 4 ਇੰਚ ਦਾ ਹੀ ਨਿਸ਼ਾਨ ਲਗਾਇਆ ਗਾ। ਸਾਰੇ ਕਿਤੇ ਅਸੀਂ 4-4 ਇੰਚ ਦਾ ਨਿਸ਼ਾਨ ਲਗਾ ਕੇ ਇਸਦੀ ਗੁਲਾਈ ਪਾਈ ਹੈਗੀ। ਗੁਲਾਈ ਪਾਉਣ ਤੋਂ ਬਾਅਦ ਇੱਧਰੋਂ ਅਸੀਂ ਗਲੇ ਦੀ ਗੁਲਾਈ ਪਾਈ, ਗੁਲਾਈਆਂ ਪਾਉਣ ਤੋਂ ਬਾਅਦ ਅਸੀਂ ਇਸਦੀ ਕਟਿੰਗ ਕਰਾਂਗੇ। ਕਟਿੰਗ ਕਰਨ ਤੋਂ ਬਾਅਦ ਸਾਡੇ ਇਹ ਪੀਸ ਖੁੱਲ੍ਹ ਕੇ ਇਸ ਤਰ੍ਹਾਂ 2 ਪੀਸ ਤਿਆਰ ਹੋ ਜਾਣਗੇ। ਯੋਕ ਫਰਾਕ ਦਾ ਜਿਹੜਾ ਯੋਕ ਦਾ ਪੈਟਰਨ ਆ ਉਹ ਕਟਿੰਗ ਹੋ ਕੇ ਤਿਆਰ ਹੈਗਾ। ਹੁਣ ਅਸੀਂ ਫਰਾਕ ਦੇ ਘੇਰੇ ਵਾਸਤੇ 32 ਇੰਚ ਲੰਬਾਈ ਅਤੇ 29 ਇੰਚ ਚੌੜਾਈ ਦਾ ਇੱਕ ਚੌਰਸ ਪੀਸ ਲਿਆ, ਫਿਰ ਅਸੀਂ ਇਸਨੂੰ ਪਹਿਲਾਂ ਲੈਂਥ ਵਾਈਜ਼ ਅਤੇ ਫਿਰ ਵਿਡਥ ਵਾਈਜ਼ ਅਸੀਂ ਇਸਨੂੰ ਫੋਲਡ ਕਰਾਂਗੇ। ਫੋਲਡ ਕਰਨ ਤੋਂ ਬਾਅਦ ਅਸੀਂ ਮੋਢੇ ਦੀ ਕਾਟ ਵਾਸਤੇ ਨਿਸ਼ਾਨ ਲਗਾਵਾਂਗੇ। ਮੋਢੇ ਦੀ ਕਾਟ ਵਾਸਤੇ ਅਸੀਂ 2 ਇੰਚ ਲੰਬਾਈ ਅਤੇ 1 ਇੰਚ ਚੌੜਾਈ ਦਾ ਨਿਸ਼ਾਨ ਲਗਾਇਆ, ਉਸ ਤੋਂ ਬਾਅਦ ਅਸੀਂ 1/2 ਇੰਚ ਦਾ ਨਿਸ਼ਾਨ ਲਗਾ ਕੇ ਇਸ ਨੂੰ ਗੁਲਾਈ ਪਾਈ। ਗੁਲਾਈ ਪਾਉਣ ਤੋਂ ਬਾਅਦ ਅਸੀਂ ਇਸਦੀ ਕਟਿੰਗ ਕਰਾਂਗੇ। ਇਸ ਤਰ੍ਹਾਂ ਇਹ ਸਾਡੇ ਮੋਢੇ ਦੀ ਕਾਟ ਪੈ ਜੂਗੀ। ਮੋਢੇ ਦੀ ਕਟਿੰਗ ਹੋਣ, ਮੋਢੇ ਦੀ ਕਾਟ ਦੀ ਕਟਿੰਗ ਹੋਣ ਤੋਂ ਬਾਅਦ ਅਸੀਂ ਇਹ ਦੋਨੋਂ ਬੈਕ ਅਤੇ ਫਰੰਟ ਦੇ ਪੀਸ ਨੂੰ ਅਲੱਗ ਅਲੱਗ ਕੱਟ ਲਵਾਂਗੇ। ਇਸ ਤਰ੍ਹਾਂ ਸਾਡੇ ਕੋਲ ਇਹ ਯੋਕ ਫਰਾਕ ਦਾ ਪੈਟਰਨ ਤਿਆਰ ਹੈ। ਹੁਣ ਯੋਕ ਫਰਾਕ ਵਾਸਤੇ ਅਸੀਂ ਇੱਕ ਰੈੱਡ ਕਲਰ ਦਾ ਅਤੇ ਇੱਕ ਲਾਈਨਿੰਗ ਕੱਪੜਾ ਲਿੱਤਾ ਗਾ। ਰੈੱਡ ਕੱਪੜੇ ਦੇ ਵਿੱਚੋਂ ਅਸੀਂ ਫਰਾਕ ਦਾ ਯੋਕ ਕੱਟਾਂਗੇ ਅਤੇ ਲਾਈਨਿੰਗ ਕੱਪੜੇ ਦੇ ਵਿੱਚੋਂ ਅਸੀਂ ਉਸਦਾ ਘੇਰਾ ਕੱਟਾਂਗੇ। ਹੁਣ ਮੈਂ ਤੁਹਾਨੂੰ ਕੱਪੜੇ ਦੇ ਉੱਤੇ ਫਰਾਕ ਕੱਟ ਕੇ ਦਿਖਾਉਂਦੀ ਹਾਂ। ਹੁਣ ਅਸੀਂ ਯੋਕ ਫਰਾਕ ਦਾ ਸਭ ਤੋਂ ਪਹਿਲਾਂ ਯੋਕ ਕੱਟਾਂਗੇ ਕੱਪੜੇ ਦੇ ਉੱਪਰ। ਜਿਸ ਤਰ੍ਹਾਂ ਅਸੀਂ ਪੈਟਰਨ ਦੇ ਉੱਤੇ ਪਹਿਲਾਂ ਯੋਕ ਕੱਟਿਆ ਸੀ, ਸੇਮ ਉਹੀ ਪੈਟਰਨ ਅਸੀਂ ਕੱਪੜੇ ਦੇ ਉੱਤੇ ਰੱਖ ਕੇ ਸਾਰੇ ਨਿਸ਼ਾਨ ਲਗਾ ਲਾਂਗੇ। ਇਸ ਸਾਈਡ ਤੋਂ ਅਸੀਂ ਜਿਹੜੇ ਨਿਸ਼ਾਨ ਲਗਾਏ ਨੇ ਉਹ 1/2 ਇੰਚ ਵੱਧ ਲਗਾਏ ਨੇ ਅਤੇ ਇਸ ਸਾਈਡ ਤੋਂ ਅਸੀਂ 1/4 ਇੰਚ ਵੱਧ ਲਗਾਵਾਂਗੇ। ਇਹ ਨਿਸ਼ਾਨ ਵੱਧ ਇਸ ਲਈ ਲਗਾਏ ਨੇ ਕਿਉਂਕਿ ਇਹ ਸਾਰੇ ਨਿਸ਼ਾਨ ਸੀਮਸ ਦੇ ਵਿੱਚ ਚਲੇ ਜਾਣਗੇ, ਸੀਮਸ ਲਈ ਕੱਪੜਾ ਵੱਧ ਰੱਖਣਾ ਪੈਂਦਾ ਗਾ। ਅਤੇ ਹੁਣ ਅਸੀਂ ਜਿਸ ਤਰ੍ਹਾਂ ਪਹਿਲਾਂ ਪੈਟਰਨ ਕੱਟਿਆ ਸੀ ਉਸੇ ਵੇ ਦੇ ਨਾਲ ਹੁਣ ਅਸੀਂ ਕੱਪੜਾ ਕਟਿੰਗ ਕਰਾਂਗੇ। ਹੁਣ ਅਸੀਂ ਫਰਾਕ ਦਾ ਘੇਰਾ ਕੱਟ ਰਹੇ ਹਾਂਗੇ। ਘੇਰਾ ਕੱਟਣ ਲਈ ਅਸੀਂ ਜਿਹੜਾ ਪਹਿਲਾਂ ਪੈਟਰਨ ਕੱਟਿਆ ਸੀ ਘੇਰੇ ਦਾ ਉਸਨੂੰ ਸੇਮ ਕੱਪੜੇ ਦੇ ਉੱਤੇ ਵਿਛਾ ਕੇ ਅਸੀਂ ਨਿਸ਼ਾਨ ਲਗਾ ਲਾਂਗੇ। ਨਿਸ਼ਾਨ ਲਗਾਉਣ ਲਈ ਅਸੀਂ ਜਿਹੜਾ ਨੀਚੇ ਲੈਂਥ ਵਾਈਜ਼ ਹੈਗਾ 1.5 ਇੰਚ ਵੱਧ ਰੱਖਿਆ ਗਾ ਕੱਪੜਾ ਫੋਲਡ ਕਰਨ ਵਾਸਤੇ। ਸਾਈਡ ਸੀਨ ਵਾਸਤੇ ਅਸੀਂ ਇੱਥੋਂ 1 ਇੰਚ ਦਾ ਵੱਧ ਰੱਖਿਆ ਗਾ ਸਾਈਡ ਸੀਨ ਵਾਸਤੇ, 1/2 ਇੰਚ ਇੱਥੋਂ ਅਤੇ 1/2 ਇੰਚ ਉੱਪਰੋਂ ਅਸੀਂ ਸਿਲਾਈ ਹੱਕ ਵਾਸਤੇ ਸਾਰਾ ਕੱਪੜਾ ਫਾਲਤੂ ਰੱਖਿਆ ਗਾ। ਫਾਲਤੂ ਰੱਖਣ ਤੋਂ ਬਾਅਦ ਅਸੀਂ ਇਸਦੀ ਕਟਿੰਗ ਕਰਾਂਗੇ। ਜਿਹੜੀ ਲੈਂਥ ਅਤੇ ਵਿਡਥ ਆ ਉਹ ਤੁਸੀਂ ਆਪਣੇ ਨਾਪ ਦੇ ਅਨੁਸਾਰ ਘੱਟ ਜਾਂ ਵੱਧ ਵੀ ਕਰ ਸਕਦੇ ਹੋਗੇ। ਇਹ ਸਾਰੇ ਨਿਸ਼ਾਨ ਲਗਾਉਣ ਤੋਂ ਬਾਅਦ ਅਸੀਂ ਇਸਦੀ ਕਟਿੰਗ ਕਰ ਲਾਂਗੇ। ਹੁਣ ਅਸੀਂ ਤੁਹਾਨੂੰ ਫਰਾਕ ਦੀ ਸਟਿਚਿੰਗ ਕਰਕੇ ਦਿਖਾਉਂਦੇ ਹਾਂਗੇ, ਜਿਸ ਦੇ ਲਈ ਅਸੀਂ ਸਭ ਤੋਂ ਪਹਿਲਾਂ ਫਰਾਕ ਦਾ ਯੋਕ ਤਿਆਰ ਕਰਾਂਗੇ। ਯੋਕ ਤਿਆਰ ਕਰਨ ਲਈ ਪਹਿਲਾਂ ਆਪਾਂ ਨੇ ਯੋਕ ਦੇ ਦੋਨੋਂ ਪੀਸ ਰੱਖ ਲੈਣੇ ਨੇ, ਜਿਸਦਾ ਸਿੱਧੀ ਸਾਈਡ ਦੋਨੋਂ ਅੰਦਰਲੀ ਸਾਈਡ ਅਤੇ ਪੁੱਠੀ ਸਾਈਡ ਬਾਹਰਲੀ ਸਾਈਡ ਆਊਗੀ। ਉਸ ਤੋਂ ਬਾਅਦ ਅਸੀਂ ਗਲੇ ਦੀ ਸੀਨ ਲਗਾ ਲਾਂਗੇ। ਗਲੇ ਦੀ ਸੀਨ ਲਗਾਉਣ ਤੋਂ ਬਾਅਦ ਅਸੀਂ ਸਾਰੀ ਬਾਹਰ ਇੱਕ ਗੁਲਾਈ ਦੇ ਵਿੱਚ ਸੀਨ ਲਗਾ ਲਾਂਗੇ।
हूँ आप इसकी स्टिचिंग शुरू कर रहे होंगे। सब तो पहले आप गले की सीन लगा लेंगे। जिस तरह से गले की सीन मारी से उसी तरह से यह बाहर सारी गोल सीन लगा ली। गोल सीन लगाने तो बाद असी इसनू इस तरह से इसका हाफ कर लेनागा। हाफ करने तो बाद असी इस ते निशान लगा लेंगे। निशान लगाने तो बाद इस तरह निशान लगाने तो बाद इसनों इस तरह खोल के इसनों असी कट लवांगे। कट्टन तो बाद असी इसनों सीधा कर लवांगे। सीधा होने तो बाद ये कुछ इस तरह दिखूगा। जिहड़ी साडा ये कट हैगा असी बाद विच इसनों एक सीम लगा के जोड़ भी सकते हैं, जां असीं फ्राक नूं फैंसी बनाने लिए इस उत्ते बटन भी लगा सकते हैं। इस तरह असीं सीन लगा के इस चीज़ नूं बंद कर लिया गा ते सारे गले दे आले दुआले दबमी सीन लगा लिए। इस तरह साडा इह योक तैयार है। हुण असीं इस नाल अपना नीचे वाला घेरा अटैच करांगे। इस तरह हुण असीं इसका निचला घेरा तैयार करांगे। घेरे विच असीं बल पा लांगे। बल तुसीं धागा खिंच के भी पा सकते हो ते सीधा इस तरह भी पा सकते हो। इस तरह असीं बल पाने तो बाद योक के उत्ते मोटे के नाप के अनुसार दोनों साइड के बराबर के निशान लगा लेंगे। निशान लगाने तो बाद जिहड़ा नीचे मोटा गा इसनों असीं अंदर वल डबल फोल्ड कर लेंगे। डबल फोल्ड करन तो बाद असीं योक नूं इस घेरे के नाल अटैच कर देंगे। योक की सीन लगाने तो बाद असीं इसके मोढ़िया नूं डबल फोल्ड कर लिया। फिर नाप अनुसार असीं इसकी साइड पर फिटिंग दीआं सीनां लगा लिया ने। फिटिंग दे सीना लगाने तो बाद हुण असीं फ्राक नूं चक के सिद्धी करन तो बाद सीधा करन तो बाद असीं इसनों निचों घेरा इसका फोल्ड कर लांगे। इसनों हुण निचों डबल फोल्ड कर लांगे। हम साड़ी यह सीन पूरी हो गई है तो हम असी इसकी फिनिशिंग करांगे। जो भी इसके फालतू धागे ने एक्स्ट्रा धागे सारे कट लांगे। सारे धागे कट्टन तो बाद असी इसनों चंगी तरह प्रेस कर लांगे जिस नाल साड़ी फ्राक की फिनिशिंग अच्छी हो जूगी। इस तरह नाल साडी इह योक फ्राक तैयार है। तुसीं इस दी लेंथ विड्थ अपने नाप के अनुसार घटा वधा भी सकते हो। इस दे योक के उत्ते कोई भी कढ़ाई करके पैच लगा के या लैस लगा के इसनों होर भी डेकोरेट कर सकते हो। जे थोनों साडी इह वीडियो अच्छी लगी तां